ਕੀ ਆਪ ਜੀ ਜਾਣਦੇ ਹੈਗੇ ਹੋ ਕਿ ਬਚਪਨ ਦੇ ਵਿੱਚ ਗੋਬਿੰਦ ਰਾਏ ਜੀ ਕਿਹੜੇ ਸਥਾਨ ਦੇ ਉੱਤੇ ਆਪਣੇ ਸੋਨੇ ਦਾ ਕੰਗਣ ਸੁੱਟ ਕੇ ਆਏ ਸੀ? ਰਮਜ਼ਾ ਤੇਰੀਆਂ ਵੇ ਬਾਬਾ ਵਾਵਾ ਰਮਜ਼ਾ ਤੇਰੀਆਂ ਵਾਹਿਗੁਰੂ ਜੀ ਵਾਹਿਗੁਰੂ ਚਤ੍ਰ ਚੱਕਰਵਰਤੀ ਚਤ੍ਰ ਚੱਕਰ ਭੁਗਤੇ ਸੁਯੰਭਵ ਸੁਭੰਗ ਸਰਬ ਦਾਸਰਬ ਜੁਗਤੇ ਦੁਕਾਲਨ ਪਰਨਾਸੀ ਦੇ ਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗਮ ਵਿਭੂਤੇ। ਗੁਰੂ ਦੀ ਬਾਣੀ ਤੇ ਗੁਰੂ ਨੂੰ ਯਾਦ ਕਰ ਇੱਕ ਨਵੇਂ ਸਵੇਰੇ ਦੀ ਸ਼ੁਰੂਆਤ ਫਤਿਹ ਦੀ ਸਾਂਝ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਦੇਸ਼ ਵਿਦੇਸ਼ ਵਿੱਚ ਬੈਠ ਕੇ ਆਪ ਸਭ ਲੋਕ ਇੰਨਾ ਪਿਆਰ ਦੇਖਦੇ ਹੋ ਤਾਂ ਸਾਡਾ ਪ੍ਰੋਗਰਾਮ ਸਪਿਰਚੁਅਲ ਜਰਨੀ ਆਫ ਦਾ ਟਰਬਨ ਟਰੈਵਲਰ ਯਾਤਰਾ ਦਸ਼ਮ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਖਦੇ ਹੈਗੇ ਹੋ। ਆਪ ਸਭ ਦਾ ਇੱਕ ਵਾਰ ਫਿਰ ਨਿਗਾਹ ਨਿਗਾਹ ਸਵਾਗਤ। ਅੱਜ ਦਿਨ ਦੀ ਸ਼ੁਰੂਆਤ ਅਸੀਂ ਕਰ ਰਹੇ ਹੈਗੇ ਹਾਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਸ ਸਥਾਨ 'ਤੇ ਜਾਣ ਦੀ ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ। ਅੱਜ ਅਸੀਂ ਚਾਲੇ ਪਾਵਾਂਗੇ ਇੱਕ ਐਸੇ ਗੁਰਦੁਆਰਾ ਸਾਹਿਬ ਦੀ ਜਿਹੜਾ ਕਿ ਗੰਗਾ ਨਦੀ ਦੇ ਕੰਢੇ ਦੇ ਸਥਿਤ ਹੈ, ਜਿਹਨੂੰ ਗੁਰਦੁਆਰਾ ਸ਼੍ਰੀ ਕੰਗਨ ਘਾਟ ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਇਹ ਸਥਾਨ ਤਖ਼ਤ ਸ਼੍ਰੀ ਹਰਿਮੰਦਰ ਜੀ ਸਾਹਿਬ ਤੋਂ ਜ਼ਿਆਦਾ ਦੂਰ ਨਹੀਂ ਹੈਗਾ, ਨੇੜੇ ਹੀ ਹੈਗਾ। ਆਓ ਤੁਸੀਂ ਚਲੋ ਸਾਡੇ ਨਾਲ ਉੱਥੇ ਅਤੇ ਉਸ ਸਥਾਨ ਦੇ ਵੀ ਦਰਸ਼ਨ ਕਰੋ ਅਤੇ ਆਨੰਦ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਵਾ ਰਮਜ਼ਾ ਤੇਰੀਆਂ ਵੇ ਬਾਬਾ ਵਾਵਾ ਰਮਜ਼ਾ ਤੇਰੀਆਂ ਵਾਹਿਗੁਰੂ ਜੀ ਵਾਹਿਗੁਰੂ ਵਾਵਾ ਰਮਜ਼ਾ ਤੇਰੀਆਂ ਵੇ ਬਾਬਾ ਵਾਵਾ ਰਮਜ਼ਾ ਤੇਰੀਆਂ ਵੇ ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ ਵਾਹਿਗੁਰੂ ਜੀ ਵਾਹਿਗੁਰੂ ਤੇਰੀ ਮਾਜ ਚੋਂ ਵੇ ਤੇਰੀ ਫਾਜ ਚੋਂ ਬਾਬਾ ਮਿਲਣ ਦਲੇਰੀਆਂ ਵਾਵਾ ਰਮਜ਼ਾਂ ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ ਵਾਵਾ ਰਮਜ਼ਾਂ ਤੇਰੀਆਂ ਵਾਵਾ ਰਮਜ਼ਾਂ ਤੇਰੀਆਂ ਵੇ ਬਾਬਾ ਵਾਵਾ ਰਮਜ਼ਾਂ ਤੇਰੀਆਂ ਜਿਉਂਦਿਆਂ ਦੇ ਵਿੱਚ ਕਰਿਆ ਸੀ ਜੋਸ਼ ਐਸਾ ਭਰਿਆ ਸੀ ਵਾਹਿਗੁਰੂ ਜੀ ਵਾਹਿਗੁਰੂ। ਸੰਗਤ ਜੀ, ਹੁਣ ਅਸੀਂ ਆਪ ਪੁੱਜੇ ਹੈਗੇ ਹਾਂ ਗੁਰਦੁਆਰਾ ਸ਼੍ਰੀ ਕੰਗਨ ਘਾਟ ਸਾਹਿਬ, ਜਿਹਨੂੰ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ 'ਤੇ ਵੀ ਜਾਣਿਆ ਜਾਂਦਾ ਹੈਗਾ। ਇਹ ਸਥਾਨ ਤਖ਼ਤ ਸ਼੍ਰੀ ਹਰਿਮੰਦਰ ਜੀ ਤੋਂ ਤਕਰੀਬਨ ਅੱਧਾ ਕਿਲੋਮੀਟਰ ਆਪ ਜੀ ਸਮਝ ਸਕਦੇ ਹੈਗੇ ਹੋ। ਇਹ ਸਥਾਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਪਨ ਦੀ ਯਾਦਾਂ ਨਾਲ ਜੁੜਿਆ ਹੋਇਆ ਹੈ। ਇਹ ਸਥਾਨ ਗੰਗਾ ਨਦੀ ਦੇ ਕੰਢੇ 'ਤੇ ਵਸਿਆ ਹੋਇਆ ਹੈ, ਜਿੱਥੇ ਬਚਪਨ ਵਿੱਚ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਆ ਕੇ ਖੇਡਿਆ ਕਰਦੇ ਸੀਗੇ ਅਤੇ ਉਹਨਾਂ ਦੀ ਬਚਪਨ ਦੀ ਯਾਦਾਂ ਨਾਲ ਜੁੜਿਆ ਹੋਇਆ ਹੈਗਾ। ਨਦੀ ਦੇ ਕੰਢੇ 'ਤੇ ਸਥਿਤ ਹੋਣ ਦੇ ਕਾਰਨ ਇਸ ਸਥਾਨ ਦੇ ਉੱਤੇ ਬਾਲਾ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਨਾਲ ਆਇਆ ਕਰਦੇ ਸੀਗੇ ਅਤੇ ਖੇਡਿਆ ਕਰਦੇ ਸੀਗੇ। ਜਿਸ ਗੁਰਦੁਆਰਾ ਸਾਹਿਬ ਜੀ ਦੇ ਆਪ ਜੀ ਹੁਣ ਦਰਸ਼ਨ ਕਰੋਗੇ, ਇਹ ਗੁਰਦੁਆਰਾ ਨਵਾਂ ਬਣਿਆ ਹੋਇਆ ਹੈਗਾ। ਇਸ ਤੋਂ ਪਹਿਲੇ ਗੁਰਦੁਆਰਾ ਸਾਹਿਬ ਦੇ ਠੀਕ ਬਾਹਰ ਖੱਬੇ ਹੱਥ ਨੂੰ ਇੱਕ ਛੋਟਾ ਜਿਹਾ ਸਥਾਨ ਹੈ ਜਿੱਥੇ ਪੁਰਾਤਨ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀਗਾ। ਜਿਸ ਸਥਾਨ ਦੇ ਉੱਤੇ ਪੁਰਾਤਨ ਗੁਰਦੁਆਰਾ ਬਣਿਆ ਹੋਇਆ ਹੈ ਉਹਦੇ ਥੱਲੇ ਘਾਟ ਹੁੰਦਾ ਸੀਗਾ। ਘਾਟ ਦਾ ਅਰਥ ਹੈਗਾ ਉਹ ਸਥਾਨ ਜਿੱਥੇ ਨਾਵਾਂ ਨੂੰ ਬੰਧਿਆ ਜਾਂਦਾ ਸੀਗਾ, ਜਾਂ ਲੋਕ ਉਤਰਨ ਚੜ੍ਹਨ ਵਾਸਤੇ ਉਸ ਜਗ੍ਹਾ ਦਾ ਇਸਤੇਮਾਲ ਕਰਦੇ ਸੀਗੇ, ਜਾਂ ਲੋਕ ਇਸ਼ਨਾਨ ਕਰਦੇ ਸੀਗੇ, ਜਾਂ ਲੋਕ ਜਿਸ ਜਗ੍ਹਾ ਤੋਂ ਪਾਣੀ ਭਰਦੇ ਸੀ ਜਾਂ ਇਸ਼ਨਾਨ ਕਰਦੇ ਸੀਗੇ, ਉਸ ਸਥਾਨ ਨੂੰ ਹਿੰਦੀ ਦੇ ਵਿੱਚ ਘਾਟ ਆਖਿਆ ਜਾਂਦਾ ਹੈਗਾ। ਪੁਰਾਤਨ ਗੁਰਦੁਆਰੇ ਸਾਹਿਬ ਦੇ ਵਿੱਚ ਆਪ ਦਰਸ਼ਨ ਕਰੋਗੇ ਤਾਂ ਥੱਲੇ ਉਹ ਘਾਟ ਬਣਿਆ ਹੋਇਆ ਹੈ। ਇਹਦਾ ਮਤਲਬ ਕਿ ਗੰਗਾ ਕਿਸੇ ਸਮੇਂ 'ਚ ਉਸ ਸਥਾਨ ਤੋਂ ਹੋ ਕੇ ਗੁਜ਼ਰਦੀ ਸੀਗੀ। ਇਸ ਵਕਤ ਗੰਗਾ ਨਦੀ ਇੱਥੋਂ ਤਕਰੀਬਨ 1 ਫਰਲਾਂਗ ਦੀ ਦੂਰੀ ਦੇ ਉੱਤੇ ਹੈ। ਆਪ ਜੀ ਨੂੰ ਗੰਗਾ ਨਦੀ ਦੇ ਵੀ ਦਰਸ਼ਨ ਕਰਾਵਾਂਗੇ, ਪਰ ਸਭ ਤੋਂ ਪਹਿਲੇ ਅੰਦਰ ਚੱਲਦੇ ਹਾਂ, ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਦੇ ਹਾਂ, ਉਸ ਤੋਂ ਉਪਰੰਤ ਇੱਥੇ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
रहनी रहे रहनी रहे सोई सिख मेरा रहनी रहे रहनी रहे सोई सिख मेरा ओ साहिब मैं उसका चेरा ओ साहिब मैं उसका चेरा रहनी रहे रहनी रहे सोई सिख मेरा ओ साहिब मैं उसका चेरा ओ साहिब मैं उसका चेरा ओ साहिब संगत जी आओ हूँ आप जी नाल साझा करने है गुरुद्वारा श्री कंगन घाट साहब जी का इतिहास। कंगन साहब जी गुरुद्वारे का जिसरा ना है इसी तरीके नाल इतने का इतिहास भी गुरु साहब नाल जुड़िया हुआ है। इतिहासकार दसते हैं कि बचपन के विच गोबिंद राय जी अपने साथियों नाल इस स्थान के उत्ते खेडन आया करते सीगे। गंगा नदी का यह तट जिथे यह स्थान हैगा उस स्थान के उत्ते छोटे बच्चे युद्ध कला सीखते सीगे, तीर कमान ते बाण एक दूजे ते चलांदे सीगे। एक तरीके दी ओ एक मॉक फाइट होंदी सीगी, यानी कि एक झूठी मूठी लड़ाई। ऐसी स्थान दे उत्ते खेडदे खेडदे एक दिन बालक गोविंद राय जी गंगा नदी दे कंडे ते गए। इतिहासकार दसदे ने कि माता गुजरी जी ने उन्हां नूं दो सोने दे कंगन बना के दिते सीगे। एक कंगन सोने दा उन्हां दा हत्थों नदी विच डिग पिया। जिस वक्त वह घर वापस आए तो माता गुजरी जी ने उन्हां तों पुछया कि आप जी दे हथ दा वह कंगन कित्थे गया। तो उन्होंने दसिया कि वह कंगन तो उस नदी के अंदर डिग गया। माता गुजरी जी मामा कृपाल चंद जी सारे नाल नदी के कंडे आते हैं दसण वास्ते कि कंगन कितने डिग गया। आ के उन्होंने अपने हाथ ही दूजा पाया हुआ कंगन से वह कढ़िया तो सुट के क्या उत्थे डिग गया। इस तरह का व्यक्तित्व सीगा धन धन श्री गुरु गोबिंद सिंह जी महाराज का बाल अवस्था में कि उन्होंने मोह माया तो सामाजिक चीज़ों नाल कोई भी लगाव नहीं सीगा। यह तो सीगी उन्होंने बचपन की उस कंगन नाल जुड़ी हुई साखी। दूसरी साखी हैगी इत्थे दे एक ब्राह्मण जिन्हों का नाम सीगा पंडित शिवदत्त जी। आओ आप जी वह भी स्मरण करें। ही प्रकाश हमारा भयो पटना शहर विखे पब लियो सारियां संगतां इतिहास तो जानू हो बाला प्रीतम साहिब गुरु गोविंद सिंह महाराज जी का प्रकाश पटने विखे होया। 7 साल की अवस्था तक कलगीधर पिता ने पटने विखे बड़िया चोजा कीतिया ने। इस पवित्र स्थान का नाम गुरुद्वारा कंगन घाट साहब है। गुरु जी जदों छोटे छोटे बच्चों के नाल गंगा कंडे आ के खेडिया करते सन। एक दिन खेडद्या खेडद्या सतगुरु जी दा कंगन गंगा विखे सहज सुभा ही डिग पिया। नाल देहानिया ने माता गुजरी जी नू जाके दसिया कि गोविंद राय जी दा सोने दा कंगन एक गंगा विखे डिग पिया है। माता जी अपने दासियां दे नाल गंगा घाट ते आए पूछन लगे पुत्तर जी आप जी दे हथ ता सोने दे कंगन दो पाए हुए सन एक किथे है। गुरु जी दूसरा कंगन भी अपने हथ विचों कढ के गंगा विखे छुड़ देते। बोलो सतनाम श्री वाहिगुरु। माता जी कहन लगे पुत्तर जी एक कंगन ता आपने
मेरे आन तो पहले ही छोड़ता सी, दूजा मेरे सामने ही छोड़ देता है। माता जी ने टोबिया नू गोते खोरा नू कंगन लभन वास्ते भेजिया। ज्यों टोबे गंगा विखे बरन, ओथे ता कंगन ही कंगन नजर आवन। हैरान हो गए, कहन लगे माता जी, बाल गुरु गोविंद राय जी ने कंगन केवल दो ही छोटे सन, इथे ता लखा ही पै ने केरा कड ले आइए। फिर गुरु जी माता गुजरी जी दे नाल बचन करदे हन, माता जी ए ता साडा पिछला खजाना है, तुसी अपने वाले कंगन ही पहचान के कढवायो, साडे ना छेरियो। ए चोज वेख के माता गुजरी मामा किरपाल चंद उदों दियां संगतां सारे विस्माद हुए। इसी स्थान ते गुरु जी एक दूजा चोज पंडित सीब दत्त जी दे नाल कीते। पंडित सीब दत्त जी काफी दिना तो गंगा घाट ते खुले विखे बैठ के भगती करते सन। ओ राम दे उस उपासक सन ते भक्ति किया करदे सन। गंगा घाट ते बैठ के नहा धोआ के पूजा पाठ करके कदे कदाई फल फलोट मिष्टांग लड्डू वगैरह थाली बिखे सजा के ढक के अखां बंद करके कहंदे भगवान भोग लगाइए। जदों अखां बंद करके पंडित शिव दत्त जी कहंदे भगवान भोग लगाइए, गुरु जी जिन्हां दा बचपना दा नाम गोविंद राय करके संगतां प्यार दे नाल बनाउंदियां सी, गोविंद राय जी जदों पंडित शिव दत्त जी अखां बंद करके कहंदे भगवान भोग लगाइए, गुरु जी उहदे प्रसाद अगो चुक के बच्चियां नूं बंड बुंड के छका दिंदे। किसे ने दस्या कि तेरा प्रसाद तू अखां बंद करता कहंदा भगवान भोग लगाइए, ਉਹ ਗੋਬਿੰਦ ਰਾਏ ਦੀ ਤੇਰੇ ਅੱਗੋਂ ਚੁੱਕ ਕੇ ਬੱਚਿਆਂ ਨੂੰ ਵੰਡ ਵੁੰਡ ਕੇ ਛਕਾ ਦਿੰਦੇ ਹਨ। ਕੋਈ ਭਗਵਾਨ ਪ੍ਰਸਾਦ ਨਹੀਂ ਖਾਂਦਾ, ਇਹ ਗੋਬਿੰਦ ਰਾਏ ਹੀ ਬੱਚਿਆਂ ਨੂੰ ਵੰਡ ਵੁੰਡ ਕੇ ਖਵਾ ਦਿੰਦੇ ਨੇ। ਇੱਕ ਦਿਨ ਦੀ ਗੱਲ ਹੈ, ਪੰਡਿਤ ਜੀ ਜਦੋਂ ਰੋਜ਼ਾਨਾ ਦੀ ਤਰ੍ਹਾਂ ਪੂਜਾ ਪਾਠ ਕਰਕੇ ਨਹਾ ਧੁਆ ਕੇ ਥਾਲੀ ਵਿਖੇ ਫਲ ਫਲੂਟ ਲੱਡੂ ਵਗੈਰਾ ਸਜਾ ਕੇ ਅੱਖਾਂ ਬੰਦ ਕਰਕੇ ਕਹਿਣ ਲੱਗਿਆ ਭਗਵਾਨ ਭੋਗ ਲਗਾਈਏ, ਉਸ ਦਿਨ ਪੰਡਿਤ ਸੀਬ ਦੱਤ ਥੋੜ੍ਹੀ ਥੋੜ੍ਹੀ ਅੱਖਾਂ ਬੰਦ ਰੱਖੀ ਸੀ ਅਤੇ ਥੋੜ੍ਹੀ ਥੋੜ੍ਹੀ ਖੁੱਲ੍ਹ ਕੇ ਵੀ ਰੱਖੀ ਸੀ। ਕਹਿੰਦਾ ਭਗਵਾਨ ਭੋਗ ਲਗਾਈਏ, ਗੁਰੂ ਜੀ ਉਦੋਂ ਅੱਗੋਂ ਚੁੱਕ ਕੇ ਪ੍ਰਸ਼ਾਦ ਜਦੋਂ ਬੱਚਿਆਂ ਨੂੰ ਵੱਢਣ ਲੱਗੇ ਨੇ, ਪੰਡਿਤ ਨੇ ਗੁਰੂ ਜੀ ਦਾ ਵਾਹ ਫੜ ਲਿਆ। ਕਹਿੰਦਾ ਹੇ ਗੋਬਿੰਦ ਰਾਏ, ਪੰਡਿਤ ਸ਼ਿਵ ਦੱਤ ਨੂੰ ਵੀ ਪਤਾ ਸੀ ਕਿ ਮਾਮੂਲੀ ਬੱਚਾ ਨਹੀਂ ਹਨ, ਇਹ ਕੋਈ ਅਵਤਾਰੀ ਪੁਰਸ਼ ਹਨ। ਕਹਿਣ ਲੱਗਿਆ ਹੇ ਗੋਬਿੰਦ ਰਾਏ, ਮੈਂ ਤਾਂ ਭਗਵਾਨ ਰਾਮ ਨੂੰ ਭੋਗ ਲਗਾਉਂਦਾ ਹਾਂ, ਤੁਸੀਂ ਆ ਕੇ ਮੇਰੇ ਪ੍ਰਸ਼ਾਦ ਚੁੱਕ ਕੇ ਬੱਚਿਆਂ ਨੂੰ ਵੰਡ ਵੁੰਡ ਕੇ ਛਕਾ ਦਿੰਦੇ ਹੋ, ਇਸ ਤਰ੍ਹਾਂ ਨਾ ਕਰਿਆ ਕਰੋ, ਪ੍ਰਸ਼ਾਦ ਜੂਠਾ ਹੋ ਜਾਂਦਾ ਹੈ। ਗੁਰੂ ਜੀ ਨੇ ਆਖਿਆ ਪੰਡਿਤ ਜੀ, ਤੁਸੀਂ ਤਾਂ ਮੈਨੂੰ ਬੁਲਾਉਂਦੇ ਹੋ ਤਾਂ ਆਈ ਦਾ ਨਾ ਬੁਲਾਓਗੇ, ਨਾ ਆਇਆ ਕਰਨਗੇ। ਪੰਡਿਤ ਕਹਿਣ ਲੱਗਿਆ ਹੱਥ ਜੋੜ ਕੇ, ਹੇ ਬਾਲ ਗੁਰੂ ਗੋਬਿੰਦ ਰਾਏ ਜੀ, ਮੈਂ ਭਗਵਾਨ ਰਾਮ ਨੂੰ ਬੁਲਾਉਂਦਾ ਹਾਂ ਅਤੇ ਆਪ ਜੀ ਨੂੰ ਨਹੀਂ ਬੁਲਾਉਂਦਾ। ਜੇ ਆਪ ਜੀ ਉਹੀ ਸਰੂਪ ਹੋ ਤਾਂ ਉਸੀ ਸਰੂਪ ਵੀ ਸਾਨੂੰ ਦਰਸ਼ਨ ਦਿਓ। ਗੁਰੂ ਮਹਾਰਾਜ ਜੀ ਉਹਦੇ ਪਿਆਰ ਨੂੰ ਵੇਖਦਿਆਂ ਕਹਿੰਦੇ ਨੇ, ਪੰਡਿਤ ਜੀ ਠੀਕ ਹੈ, ਤੁਸੀਂ ਅੱਖਾਂ ਬੰਦ ਕਰੋ। ਜਦੋਂ ਪੰਡਿਤ ਜੀ ਅੱਖਾਂ ਬੰਦ ਕੀਤੀਆਂ ਨੇ, ਗੁਰੂ ਜੀ ਕਹਿੰਦੇ ਨੇ ਅੱਖਾਂ ਖੋਲੋ। ਜਦੋਂ ਪੰਡਿਤ ਅੱਖਾਂ ਖੋਲਿਆ ਕੀ ਵੇਖਦਾ ਹੈ, ਗੁਰੂ ਜੀ 5 ਫੁੱਟ ਤੋਂ ਲੰਮਾ ਜਵਾਨ ਤੀਰ ਧਨੁਸ ਕੰਧੇ ਦੇ ਉੱਤੇ ਲਟਕਿਆ ਹੋਇਆ ਉਹ ਰਾਮ ਭਗਵਾਨ ਦੇ ਰੂਪ ਵਿੱਚ ਪੰਡਿਤ ਸ਼ਿਵ ਦੱਤ ਨੂੰ ਦਿਖਾਈ ਦੇ ਰਹੇ ਨੇ। ਉਹ ਰਾਮ ਰੂਪ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕਰਕੇ
पंडित शिव दत्त निहाल हो गया। गोविंद प्रीत लगी अत प्यारी, गोविंद प्रीत लगी अत प्यारी। ऐ सीगा पंडित शिवदत्त जी नाल जुड़िया व्या ओ इतिहास जिहड़ा आप जी ने श्रवण किया, ते ऐ साकी ने पंडित शिवदत्त जी नू सत्य दा सही मार्ग दिखाया। ऐ सां दे नाल एक होर भी घटना जुड़ी हुई हैगी। अक्सर इत्थे दे नवाब जद गुजरदे सी ते लोग उन्हां नू चुक के सलाम किया करते सीगे, लेकिन गुरु साहब बिल्कुल ठीक उहदे विपरीत सी। जिस वक्त भी नवाब इत्थों गुजरदा सीगा ते गुरु साहब ते उन्हां दे नाल उन्हां दे बाल सखा जो खेड रहे होंदे सीगे, ओह नवाब नू देख के हसण लग जांदे सीगे, ना कि उन्हां नू सलाम करदे सीगे। ऐ सीगा उन्हां दा व्यक्तित्व जिहदे बारे विच उन्हां दे पिता श्री गुरु गोबिंद सिंह जी महाराज ने उन्हां नू पूरा सपोर्ट किया। पटना के बारे में एक साखी होर भी प्रचलित हैगी। इतिहासकार दसते हैं कि भाई संगत सिंह जी जिहड़े कि गुरु साहब के मित्र भी सी, जिस वक्त चमकौर की गड़ी खाली कर गुरु साहब उतों जा रहे थे तो उन्होंने अपनी कलगी जिहड़ी सी वह भाई संगत सिंह जी की दस्तार से लगा दी। भाई संगत सिंह जी का जन्म भी गुरु साहब के जन्म तो ठीक एक दिन बाद पटना शहर में ही होंदा है, तो उन्होंने रूप रंग भी गुरु साहब सरीखा सीगा ते वह गुरु साहब वर्गे ही दिखते सीगा, ऐसा इतिहास लिखा है। गुरुद्वारा श्री कंगन घाट साहब जी तो संबंधित आप जी ने आज काफ़ी सारिया साखियां श्रवण कीतियां। उम्मीद करने हैं यह सारी साखियां आप जी नूं चंगियां लगियां होणगियां। यह सारिया साखियां सानू चाहिदा ने अपने बच्चों दसनिया। गुरु साहब के व्यक्तित्व के बारे में बड़ा जरूरी है कि असी अपनी आने वाली पनीरी नूं उन्हां दे व्यक्तित्व के बारे दस सकीए कि बचपन तो ही उन्हां दा व्यक्तित्व कितना ज़्यादा स्ट्रोंग सीगा। साडे वास्ते बड़ा जरूरी है कि असी अपने आने वाली पनीरी नूं अपने बच्चों नूं गुरु साहब के व्यक्तित्व तो अवगत कराइए, जिहड़ा कि इन्हां साखियां तो सानू जानन नूं मिलता है। वाहिगुरु जी का खालसा, वाहिगुरु जी की फतेह। चेहरा ओ साहिब में उसका चेहरा। संगत जी अज के एपीसोड आप जी ने दर्शन किए गुरद्वारा श्री कंगन घाट जी के, जिन्हों गुरद्वारा श्री गुरु गोबिंद सिंह जी के नाते भी जाने जाता है। यह स्थान सीगा गुरु साहब के बचपन की यादा नाल जुड़िया हुआ। कल असी आप जी को लेके चलांगे एक होर ऐसे इतिहासिक स्थान का जिहड़ा कि गुरु साहब के बचपन नाल जुड़िया होएगा। आप सारिया संगतों का जिहड़ियां कि इन्हें प्यार नाल सड़ाया प्रोग्राम स्पिरिचुअल जर्नी ऑफ द टर्बन ट्रैवलर यात्रा श्री गुरु गोबिंद सिंह जी महाराज साढ़े यूट्यूब चैनल द टर्बन ट्रैवलर के नाल PTC सिमरन से वेखते हैं, आप सब का बहुत बहुत धन्यवाद ते निगा निगा स्वागत। कल असी आप जी को मिलेंगे फिर एक दूसरे एपीसोड के नाल। कल तक लिए सानू आग्या दिओ। वाहेगुरु जी का खालसा, वाहेगुरु जी की फतेह। वावा रमजा तेरिया वे बाबा, वावा रमजा तेरिया। वाहेगुरु जी वाहेगुरु। वावा रमजा तेरिया वे बाबा, वावा रमजा तेरिया। वे तेरी माज चो वे तेरी फाज चो। वाहेगुरु जी वाहेगुरु। तेरी माज चो वे तेरी फाज चो।